ਸੋ ਕਿਤੇ ਤਾਂ ਮਿਲ ਰਹੀ ਹੈ پابੰਦੀਆਂ ਦੇ ਵਿੱਚ ਟੇਲ ਤੇ ਕਿਤੇ ਹੋ ਰਹੀ ਹੈ ਸਖਤੀ ਕਿੰਗਸਟਨ ਅਨਟਰੀਓ ਦੇ ਵਿੱਚ ਲਗਭਗ 1 ਲੱਖ ਦੇ ਕਰੀਬ ਜੁਰਮਾਨੇ ਲਗੇ ਸ਼ਨੀਵਾਰ ਨੂੰ ਲਗਭਗ 4000 ਲੋਕ ਕਿੰਗਸਟਨ ਦੇ ਵਿੱਚ ਸ਼ਨੀਵਾਰ ਨੂੰ ਫੇਕ ਹੋਮ ਕਮਿੰਗ ਪਾਰਟੀ ਲਈ ਸੱਦੇ ਗਏ ਇੱਕ ਹਫਤੇ ਬਾਅਦ 8000 ਲੋਕ ਗੈਰ ਮਨਜ਼ੂਰ ਕੁਇਨਜ਼ ਯੂਨੀਵਰਸਿਟੀ ਹੋਮਕਮਿੰਗ ਪਾਰਟੀਆਂ ਦੇ ਲਈ ਸ਼ਹਿਰ ਦੇ ਵਿੱਚ ਸਨ ਪਿਛਲੇ ਹਫਤੇ ਦੇ ਅੰਤ ਦੇ ਵਿੱਚ ਭੀੜ ਅਨੁਮਾਨਿਤ 16000 ਲੋਕਾਂ ਦੇ ਨਾਲੋਂ ਘੱਟ ਸੀ ਜਿਸ ਦੀ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਸੀ ਸ਼ਨੀਵਾਰ ਨੂੰ ਕਿੰਗਸਟਨ ਪੁਲਿਸ ਦਾ ਸਮਰਥਨ ਕਰਨ ਦੇ ਲਈ ਹੋਰ ਪੁਲਿਸ ਅਧਿਕਾਰੀ ਵੀ ਸੱਦੇ ਗਏ ਸਥਾਨਕ ਪੁਲਿਸ ਸੇਵਾ ਲਾਗੂ ਕਰਨ ਦੇ ਦੌਰਾਨ ਇੱਕ ਅਧਿਕਾਰੀ ਜ਼ਖਮੀ ਵੀ ਹੋਇਆ ਸ਼ਨੀਵਾਰ ਨੂੰ ਲਗਭਗ ਦੋ ਵੱਡੀਆਂ ਪਾਰਟੀਆਂ ਦਾ ਐਲਾਨ ਕੀਤਾ ਗਿਆ ਸੀ ਤੇ ਅਧਿਕਾਰੀਆਂ ਨੇ ਲਗਭਗ ਦੋ ਘੰਟਿਆਂ ਦੇ ਅੰਦਰ ਖੇਤਰ ਨੂੰ ਸਾਫ਼ ਕਰ ਦਿੱਤਾ ਪੁਲਿਸ ਮੁਖੀ ਨੇ ਕਿਹਾ ਕਿ ਪਿਛਲੇ ਹਫਤੇ ਦੇ ਅੰਤ ਦੇ ਮੁਕਾਬਲੇ ਭੀੜ ਦੇ ਵਿੱਚ ਸੁਧਾਰ ਹੋਣ ਦੇ باوجود ਜਿਹੜਾ ਉਹ ਡਿਸਰੈਸਪੈਕਟਫੁਲ ਵਤੀਰਾ ਅਜੇ ਵੀ ਦਿਖਾਈ ਦਿੱਤਾ ਕੈਂਗਸਟਨ ਦੇ ਕਮਿਊਨਿਟੀ ਸੇਵਾਵਾਂ ਦੇ ਕਮਿਸ਼ਨਰ ਨੇ ਨੋਟ ਕੀਤਾ ਹੈ ਕਿ ਪਿਛਲੇ 2 ਹਫਤੇ ਦੇ ਅੰਤ ਦੀ ਤਿਆਰੀ ਦੇ ਵਿੱਚ ਬਹੁਤ ਸਾਰਾ ਸਮਾਂ ਮਿਹਨਤ ਤੇ ਸਰੋਤ ਵਰਤੇ ਗਏ ਸਨ ਇੱਕ ਰਿਲੀਜ਼ ਦੇ ਵਿੱਚ ਸ਼ਹਿਰ ਨੇ ਕਿਹਾ ਕਿ ਪੁਲਿਸ ਨੇ ਪਰੇਸ਼ਾਨੀ ਵਾਲੀਆਂ ਪਾਰਟੀਆਂ ਦੇ ਲਈ 30000 ਡਾਲਰ ਦੀਆਂ ਟਿਕਟਾਂ ਦਿੱਤੀਆਂ ਤੇ ਜਨਤਕ ਨਸ਼ਾ ਕਰਨ ਦੇ ਲਈ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਵਿਅਕਤੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹਥਿਆਰਾਂ ਤੇ ਨਸ਼ੀਲੇ ਦਾਰਧ ਰੱਖਣ ਦੇ ਦੋਸ਼ ਲਗਾਏ ਗਏ ਸਨ 81 ਸ਼ਰਾਬ ਜਿਹੜੇ ਨੇ ਉਹ ਲਾਇਸੈਂਸ ਐਕਟ ਦੇ ਚਾਰਜ ਤੇ ਦੋ ਹਾਈਵੇ ਟ੍ਰੈਫਿਕ ਐਕਟ ਦੇ ਚਾਰਜ ਉਸਤੇ ਲਗਾਏ ਗਏ ਸਨ ਕਿੰਗਸਟਨ ਦੇ ਉਪਲੋ ਅਫਸਰਾਂ ਨੇ ਆਰਡਰ دی ਪਾਲਣਾ ਕਰਨ ਦੇ ਵਿੱਚ ਅਸਫਲ ਰਹਿਣ ਵਾਲਿਆਂ ਦੇ ਉੱਤੇ ਭਾਰੀ ਜੁਰਮਾਨੇ ਲਗਾਏ ਕਿੰਗਸਟਨ ਪੁਲਿਸ ਨੇ ਸੋਮਵਾਰ ਨੂੰ ਇੱਕ ਵਿਅਕਤੀ ਬਾਰੇ ਇੱਕ ਵੱਖਰੀ ਰਿਲੀਜ਼ ਜਾਰੀ ਕੀਤੀ ਜਿਸ ਨੂੰ ਸ਼ਨੀਵਾਰ ਨੂੰ ਜੁਰਮਾਨਾ ਲਗਾਇਆ ਗਿਆ ਪਰ ਇਸ ਨੇ ਕਥੀ ਤੌਰ ਤੇ ਅਫਸਰਾਂ ਨੂੰ ਫਰਜ਼ੀ ਨਾ ਦਿੱਤਾ ਹੈ ਦੁਪਹਿਰ ਕਰੀਬ 2:42 ਵਜੇ 에ਅਰ ਕਹਿ ਸਕਦੇ ਹਾਂ ਐਬਾਇਡਰਨ ਸਟਰੀਟ ਤੇ ਇੱਕ ਵਿਗੜਤੀ ਪਰੇਸ਼ਾਨੇ ਵਾਲੀ ਪਾਰਟੀ ਦੇ ਵਿੱਚ ਹਿੱਸਾ ਲੈਣ ਦੇ ਲਈ ਇੱਕ ਆਦਮੀ ਨੂੰ ਜੁਰਮਾਨਾ ਲਗਾਇਆ ਗਿਆ ਸوجਿਹੇ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੂੰ ਸ਼ਨੀਵਾਰ ਨੂੰ ਤਕਰੀਬਨ ਇਸ ਪਾਰਟੀ ਦੇ ਲਈ ਕਿਤੇ ਨਾ ਕਿਤੇ ਜੁਰਮਾਨੇ ਦਿੱਤੇ ਗਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ